कि एक सच की आवाज़ उठाने वाला जिहड़ा नौजवान आ उह अज गुंडियां वालों कतल किया गया। जो पिंड गली कनी नूं तुर लग्या भी तुसीं की सानूं विखाउणा चाहुंदे, इन्हां ने जी गोलियां चलाउणियां शुरू कर दित्तियां। ਕਿੰਨਾ ਕੁ ਨਸ਼ਾ ਵਿਕਦਾ ਸੀ? ਨਸ਼ਾ ਤਾਂ ਜੀ ਜਵਾਕਾਂ ਨੂੰ ਦਿੰਦੇ, ਛੋਟੇ ਛੋਟੇ ਬੱਚੇ ਲੱਗੇ ਪਏ ਆ, ਛੋਟੇ ਛੋਟੇ ਬੱਚੇ ਆ ਜੀ ਦੋ, ਇੱਕ ਮੁੰਡਾ ਇੱਕ ਕੁੜੀ ਆ। ਬਿਜਲੀ ਦਾ ਕੰਮ ਕਰਦਾ ਸੀ, ਆਪਦਾ ਟਾਈਮ ਪਾਸ ਕਰ ਰਿਹਾ ਸੀ। ਅੱਜ ਸਾਡੇ ਪਿੰਡ ਦੀ ਕਮੇਟੀ ਨੇ ਬੰਦੇ ਫੜ ਲਏ ਜੀ, ਜਿਹੜੇ ਇਹਨਾਂ ਦੇ ਘਰੇ ਨਸ਼ਾ ਪੀ ਕੇ ਆਏ, ਉਹ ਮੰਨ ਵੀ ਗਏ। ਏਜੰਸੀਆਂ ਦਾ ਹੱਥ ਹੈ, ਪੁਲਿਸ ਕੁਛ ਵੀ ਨਹੀਂ ਕਹਿ ਰਹੀ। ਚਿੱਟੇ ਵਾਲੇ ਪਿੰਡ ਦੇ ਗੁਰਦੁਆਰਾ ਕੋਲ ਹਰ ਭਗਵਾਨ ਦੀ ਮੌਤ ਹੁੰਦੀ ਹੈ, ਕਮੇਟੀਆਂ ਬਣੀਆਂ, ਕਮੇਟੀਆਂ 'ਤੇ ਅੱਜ ਇਹ ਵਾਰਨਿੰਗ ਹੋਊਗੀ ਕੱਲ੍ਹ ਨੂੰ, ਬਈ ਕੌਣ ਤੁਰੂਗਾ। ਇਹ ਕਹਿੰਦੇ ਵੀ ਅਸੀਂ ਤਾਂ ਲਲਕ ਕੇ ਵੇਚਾਂਗੇ, ਸਾਨੂੰ ਕੋਈ ਰੋਕਣ ਵਾਲਾ ਹੈ। ਨਸ਼ਾ ਤਸਕਰਾਂ ਨੇ ਦਿਨ ਦਿਹਾੜੇ ਭਰੇ ਇਕੱਠ ਦੇ ਵਿੱਚ ਗੋਲੀਆਂ ਚਲਾਈਆਂ ਨੇ, ਜਿਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਨੌਜਵਾਨਾਂ ਨੇ ਵੀ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਨਸ਼ਾ ਵੇਚਦੇ ਹੋ, ਤੁਸੀਂ ਬੰਦ ਕਰ ਦਿਓ, ਅਸੀਂ ਪਿੰਡ ਦੇ ਵਿੱਚ ਜਿਹੜਾ ਨਸ਼ਾ ਨਹੀਂ ਵਿਕਣ ਦੇਣਾ। ਖੰਡ ਲੈਣੀ ਔਖੀ ਹੈ, ਚਿੱਟਾ ਲੈਣਾ ਸੌਖਾ। ਉਹਨਾਂ ਦਾ ਸਾਰਾ ਪਰਿਵਾਰ ਹੀ ਜੀ ਅੱਗੋਂ ਬਹੁਤ ਜ਼ਿਆਦਾ ਬੁਰਾ ਭਲਾ ਬੋਲਦਾ ਸੀਗਾ। ਪੰਜਾਬ ਦੇ ਵਿੱਚ ਨਸ਼ਾ ਤਸਕਰ ਬੇਖੌਫ ਘੁੰਮ ਰਹੇ ਨੇ, ਇੱਕ ਪਾਸੇ ਲੋਕ ਨਸ਼ੇ ਨੂੰ ਠੱਲ ਪਾਉਣ ਲਈ ਆਪ ਕੋਸ਼ਿਸ਼ਾਂ ਕਰ ਰਹੇ ਨੇ, ਪਿੰਡਾਂ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣਾ ਰਹੇ ਨੇ, ਪ੍ਰਸ਼ਾਸਨ ਚੁੱਪ ਹੈ, ਪੁਲਿਸ ਵੀ ਚੁੱਪ ਹੈ, ਅਤੇ ਦੂਸਰੇ ਪਾਸੇ ਨਸ਼ਾ ਤਸਕਰਾਂ ਵੀ ਬੇਖੌਫ ਘੁੰਮ ਰਹੇ ਨੇ। ਔਰ ਅੱਜ ਜਿਹੜੀ ਘਟਨਾ ਵਾਪਰੀ ਉਹ ਦਿਲ ਨੂੰ ਦਹਿਲਾਉਣ ਵਾਲੀ ਆ। ਪਿੰਡ ਢਿੱਲਵਾਂ ਖੁਰਦ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪਿੰਡ ਵਾਸੀਆਂ ਨੇ ਇੱਕ ਨਸ਼ਾ ਵਿਰੋਧੀ ਕਮੇਟੀ ਬਣਾਈ ਸੀ ਠੀਕ 2 ਦਿਨ ਪਹਿਲਾਂ, ਅਤੇ 2 ਦਿਨਾਂ ਬਾਅਦ ਇੱਕ ਅਜਿਹੀ ਵਾਰਦਾਤ ਹੋਈ ਹੈ ਜਿਹਨੇ ਪੂਰੇ ਜ਼ਿਲ੍ਹੇ ਨੂੰ, ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਨਸ਼ਾ ਤਸਕਰਾਂ ਨੇ ਦਿਨ ਦਿਹਾੜੇ ਭਰੇ ਇਕੱਠ ਦੇ ਵਿੱਚ ਗੋਲੀਆਂ ਚਲਾਈਆਂ ਨੇ, ਜਿਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਆ। ਪੂਰੀ ਘਟਨਾ ਕੀ ਵਾਪਰੀ ਹੈ ਸਾਡੇ ਨਾਲ ਇਲਾਕੇ ਦੇ ਲੋਕ ਨੇ, ਅਸੀਂ ਗੱਲਬਾਤ ਕਰਾਂਗੇ। ਬਾਈ ਜੀ ਕੀ ਘਟਨਾ ਵਾਪਰੀ ਹੈ ਸਾਰੀ? ਇਹ ਘਟਨਾ ਇਹ ਵਾਪਰੀ ਜੀ ਢਿੱਲਵਾਂ ਖੁਰਦ ਦੇ ਵਿੱਚ, ਜਿਹੜਾ ਨੌਜਵਾਨਾਂ ਨੇ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇੱਕ ਜਿਹੜਾ ਨਸ਼ਾ ਵਿਰੋਧੀ ਕਮੇਟੀ ਬਣਾਈ ਸੀ ਕਿ ਅਸੀਂ ਆਪਦੇ ਪਿੰਡ ਨੂੰ ਜਿਹੜਾ ਨਸ਼ੇ ਤੋਂ ਸੇਫ ਕਰਨਾ, ਵੀ ਨੌਜਵਾਨ ਨਸ਼ੇ 'ਤੇ ਨਾ ਲੱਗਣਾ। ਉਹ ਨੌਜਵਾਨਾਂ ਨੇ ਜੋ ਪਹਿਲਕਦਮੀ ਕੀਤੀ, ਜਿਹੜੇ ਚਿੱਟਾ ਵੇਚਣ ਵਾਲੇ ਆ ਉਹਨਾਂ ਨੂੰ ਜਦੋਂ ਇਸ ਗੱਲ ਦੀ ਭਿਣਕ ਲੱਗਦੀ ਆ ਜਾਂ ਉਹਨਾਂ ਕੋਲ ਗੱਲ ਜਾਂਦੀ ਆ ਜਾਂ ਇਹਨਾਂ ਨੌਜਵਾਨਾਂ ਨੇ ਵੀ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਨਸ਼ਾ ਵੇਚਦੇ ਹੋ, ਤੁਸੀਂ ਬੰਦ ਕਰ ਦਿਓ, ਅਸੀਂ ਪਿੰਡ ਦੇ ਵਿੱਚ ਜਿਹੜਾ ਨਸ਼ਾ ਨਹੀਂ ਵਿਕਣ ਦੇਣਾ, ਉਹਨਾਂ ਦੇ ਪੂਰੇ ਪਰਿਵਾਰਾਂ ਸਮੇਤ ਉਹਨਾਂ ਨੌਜਵਾਨਾਂ ਨੂੰ ਕਹਿੰਦੇ ਕਿ ਅਸੀਂ ਤਾਂ ਬਈ ਨਸ਼ਾ ਇਸੇ ਤਰ੍ਹਾਂ ਵੇਚਣਾ, ਸਾਡਾ ਜੀ ਨੇ ਜੋ ਕਰਨਾ ਕਰ ਲਏ, ਅਸੀਂ ਨਸ਼ਾ ਵੇਚਣ ਨੂੰ ਨਹੀਂ ਹਟਣਾ। ਇੰਨੀ ਗੁੰਡਾਗਰਦੀ ਜਿਹੜੀ ਸਿਖਰ ਦੀ ਉਹਨਾਂ ਪਰਿਵਾਰਾਂ ਨੇ ਸਮੇਤ ਉਹਨਾਂ ਦੇ ਪਰਿਵਾਰਾਂ ਨੇ ਮਚਾਈ ਆ, ਅਤੇ ਉਹਨਾਂ ਨੇ ਗੁੰਡਿਆਂ ਨੇ ਸ਼ਰੇਆਮ ਜਿਹੜੇ ਚਿੱਟਾ ਵੇਚਦੇ ਸੀਗੇ, ਅੱਜ ਉਸ ਨੌਜਵਾਨ ਨੂੰ ਜਿਹੜਾ ਇੱਕ ਨਸ਼ਾ ਛਡਾਉਣ ਵਾਲੀ ਕਮੇਟੀ ਦੇ ਵਿੱਚ ਮੈਂਬਰ ਸੀਗਾ, ਅਤੇ ਉਹਦਾ ਜਿਹੜਾ ਕਤਲ ਕਰ ਦਿੱਤਾ ਗੋਲੀਆਂ ਮਾਰ ਕੇ, ਅੱਜ ਇਕੱਠ ਦੇ ਵਿੱਚ ਗੋਲੀਆਂ ਮਾਰ ਕੇ ਗਏ ਆ। ਇੰਨੇ ਹੌਸਲੇ ਜਿਹੜੇ ਇਹਨਾਂ ਗੁੰਡਿਆਂ ਦੇ ਵਧੇ ਨੇ, ਇਹ ਹੌਸਲੇ ਤਾਂ ਹੀ ਵਧੇ ਆ ਕਿ ਜੇਕਰ ਪੁਲਿਸ ਇਹਨਾਂ ਗੁੰਡਿਆਂ 'ਤੇ ਕਾਰਵਾਈ ਨਹੀਂ ਕਰਦੀ, ਨਸ਼ਾ ਵੇਚਣ ਵਾਲਿਆਂ ਨੂੰ ਫੜਦੀ ਨਹੀਂ, ਉਹਨਾਂ ਨੂੰ ਸਖਤ ਸਜ਼ਾਵਾਂ ਨਹੀਂ ਹੁੰਦੀਆਂ ਗੀਆਂ, ਅਤੇ ਜਿਹੜੀਆਂ ਸਰਕਾਰਾਂ ਨੇ ਉਹ ਸ਼ਹਿ ਦੇ ਰਹੀਆਂ ਨੇ, ਲਗਾਤਾਰ ਸਰਕਾਰਾਂ ਇਹ ਕਹਿ ਕਹਿ ਕੇ ਸੱਤਾ ਦੇ ਵਿੱਚ ਆਉਂਦੀਆਂ ਨੇ ਕਿ ਅਸੀਂ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ, ਪਰ ਪੰਜਾਬ ਨਸ਼ਾ ਮੁਕਤ ਨਹੀਂ ਬਣ ਰਿਹਾ। ਜਿਵੇਂ ਜਿਵੇਂ ਸਰਕਾਰਾਂ ਬਦਲਦੀਆਂ ਜਾ ਰਹੀਆਂ, ਚਿੱਟੇ ਦਾ ਨਸ਼ਾ ਜਿਹੜਾ ਉਹ ਲੋਕਾਂ ਦੇ ਵਿੱਚ ਜਿਹੜਾ ਘਰ ਘਰ ਤੱਕ ਪਹੁੰਚ ਰਿਹਾ, ਅਤੇ ਲਗਾਤਾਰ ਜਿਹੜੇ ਸਾਡੇ ਨੌਜਵਾਨ ਭੈਣ ਭਰਾ ਜਿਹੜੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ, ਪਰ ਸਰਕਾਰ ਜਿਹੜੀ ਅੱਖਾਂ ਬੰਦ ਕਰਕੇ ਬੈਠੀ ਆ। ਜਦੋਂ ਕਿਸੇ ਨੌਜਵਾਨ ਵੀਰ ਦਾ ਕਤਲ ਹੋ ਜਾਂਦਾ, ਚਿੱਟੇ ਨੂੰ ਰੋਕਣ ਵਾਲਾ ਹੋਵੇ, ਠੀਕ ਆ, ਉਹਦਾ ਕਤਲ ਹੋ ਜਾਂਦਾ, ਅਤੇ ਉਹਦਾ ਜਿਹੜਾ ਪੂਰੇ ਇਲਾਕੇ ਨੂੰ ਕੀ ਪੂਰੇ ਪੰਜਾਬ ਨੂੰ ਉਹਦਾ ਘਾਟਾ ਪੈਂਦਾ ਕਿ ਇੱਕ ਸੱਚ ਦੀ ਆਵਾਜ਼ ਉਠਾਉਣ ਵਾਲਾ ਜਿਹੜਾ ਨੌਜਵਾਨ ਆ ਉਹ ਅੱਜ ਗੁੰਡਿਆਂ ਵੱਲੋਂ ਕਤਲ ਕੀਤਾ ਗਿਆ। ਅਤੇ ਅੱਜ ਵੀ ਇੱਥੇ ਫਰੀਦਕੋਟ ਜ਼ਿਲ੍ਹੇ ਦੇ ਵੱਡੀ ਪੱਧਰ 'ਤੇ ਪਿੰਡਾਂ ਦੇ ਲੋਕ ਆ, ਢਿੱਲਵਾਂ ਦੇ ਲੋਕਾਂ ਦੇ ਨਾਲ ਖੜ੍ਹੇ ਆ, ਉਸ ਪਰਿਵਾਰ ਦੇ ਨਾਲ ਖੜ੍ਹੇ ਆ ਕਿ ਅਸੀਂ ਦੋਸ਼ੀਆਂ ਨੂੰ ਜਦੋਂ ਤੱਕ ਸਖ਼ਤ ਤੋਂ ਸਖ਼ਤ ਸਜ਼ਾ ਨਹੀਂ ਮਿਲ ਜਾਂਦੀ ਉਦੋਂ ਤੱਕ ਜਿਹੜਾ ਪਰਿਵਾਰ ਦੇ ਨਾਲ ਖੜ੍ਹੇ ਹਾਂ, ਬਾਅਦ ਦੇ ਵਿੱਚ ਵੀ ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਜਿਹੜਾ ਉਹ ਸਹਾਈ ਹੁੰਦੇ ਰਹਾਂਗੇ। ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਵੀ ਲੋਕਾਂ ਨੂੰ ਵੀ ਵਿਸ਼ਵਾਸ ਦਿਵਾਇਆ, ਪਰਿਵਾਰ ਨੂੰ ਵੀ, ਕਿ ਜਦੋਂ ਤੱਕ ਇਹਨਾਂ ਦੋਸ਼ੀਆਂ ਨੂੰ ਜਿਹੜੀ ਸਖ਼ਤ ਸਜ਼ਾ ਨਹੀਂ ਹੋ ਜਾਂਦੀ, ਅਸੀਂ ਜਿਹੜਾ ਤੁਹਾਡੇ ਨਾਲ ਖੜ੍ਹੇ। ਅਸੀਂ ਮੰਗ ਕਰਦੇ ਹਾਂ ਕਿ ਅਜਿਹੇ ਦੋਸ਼ੀਆਂ ਨੂੰ ਫਾਂਸੀ ਤੋਂ ਘੱਟ ਜਿਹੜੀ ਸਜ਼ਾ ਨਹੀਂ ਹੋਣੀ ਚਾਹੀਦੀ ਗੀ, ਜਿਹੜਿਆਂ ਨੇ ਇੱਕ ਹੋਣਹਾਰ ਜਿਹੜਾ ਨੌਜਵਾਨ ਆ ਉਹਦਾ ਕਤਲ ਕਰ ਦਿੱਤਾ। ਸ਼ਰੇਆ ਸਾਡੇ ਨਾਲ ਪਿੰਡ ਦੇ ਪੰਚਾਇਤ ਮੈਂਬਰ ਵੀ ਨੇ, ਘਟਨਾ ਕੀ ਵਾਪਰੀ ਸੀ, ਥੋੜ੍ਹਾ ਘਟਨਾ ਬਾਰੇ ਦੱਸੋ। ਕਿਹਾ ਜਾ ਰਿਹਾ ਕਿ ਪਰੇ ਇਕੱਠ ਦੇ ਵਿੱਚ ਨਸ਼ਾ ਤਸਕਰਾਂ ਨੇ ਸ਼ਰੇਆਮ ਗੋਲੀਆਂ ਮਾਰੀਆਂ ਜੀ। ਇਹਨਾਂ ਨੇ 2-3 ਦਿਨ ਪਹਿਲਾਂ ਕਮੇਟੀ ਬਣੀ ਵੀ ਆ ਸਾਡੇ, ਇਹਨਾਂ ਨੇ ਕਮੇਟੀ ਨੂੰ ਵੀ ਬਹੁਤ ਜ਼ਿਆਦਾ ਮਾੜਾ ਚੰਗਾ ਬੋਲੇ, ਪੰਚਾਇਤ ਨੂੰ ਵੀ ਨਾਲ ਗਾਲਾਂ ਤੋਂ ਪੁੜ ਕੱਢੀਆਂ, ਘਰ ਦੇ ਪਰਿਵਾਰ ਨੇ ਸਾਰਿਆਂ ਨੇ। ਇਹ ਕਹਿੰਦੇ ਵੀ ਅਸੀਂ ਤਾਂ ਲਲਕ ਕੇ ਵੇਚਾਂਗੇ, ਸਾਨੂੰ ਕੋਈ ਰੋਕਣ ਵਾਲਾ ਹੈ ਨਹੀਂ ਗਾ। ਅੱਛਾ, ਅਸੀਂ ਹੁਣ ਇਹੀ ਫਰਿਆਦ ਕਰਦੇ ਹਾਂ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਆ, ਇਹ ਬੰਦਿਆਂ 'ਤੇ ਸਜ਼ਾ ਵੱਧ ਤੋਂ ਵੱਧ ਲੱਗਣੀ ਚਾਹੀਦੀ ਹੈ ਜੀ। ਅੱਛਾ, ਪਿੰਡ 'ਚ ਕੀ ਮਾਹੌਲ ਹੈ ਜੀ, ਕਿੰਨਾ ਕੁ ਨਸ਼ਾ ਵਿਕਦਾ ਸੀ? ਨਸ਼ਾ ਤਾਂ ਜੀ ਜਵਾਕਾਂ ਨੂੰ ਦਿੰਦੇ, ਛੋਟੇ ਛੋਟੇ ਬੱਚੇ ਲੱਗੇ ਪਏ ਆ। ਅੱਛਾ, ਇੱਕ ਬੱਚੇ ਨੂੰ ਲੱਗੇ ਨੂੰ 2 ਸਾਲ ਹੋ ਗਏ ਆ, ਵੀ ਉਹਨਾਂ ਨੂੰ ਫੋਨ 'ਤੇ ਸੱਦ ਕੇ ਘਰੋਂ ਨਸ਼ਾ ਦੇ ਦਿੰਦੇ ਆ, ਉਹਦੀ 1 ਕਿੱਲਾ ਜ਼ਮੀਨ ਦਾ ਵਿਕਾਤਾ ਇਹਨਾਂ ਲੋਕਾਂ ਨੇ।
एक जमीन का किला विकाता इस बंदे ने। अच्छा। प्यो है नहीं जी, माँ ही है कली। अच्छा। तो वह भी मरिया बराबर ही है जी जो इन्होंने नशा करता। अच्छा, जेडे नौजवान की मौत हो जी वो बारे दसो कि परिवार से उम्र से सारा दसो। वो जी होगी 40-30-40 साल उम्र से 35 साल। हर भगवान सिंह जी। अच्छा। तो बच्चे छोटे छोटे है परिवार जमें घर भी दरम्याना ही कोई एडा है नहीं सगा मत तो करता सगा। फरीदकोट जिस नौजवान का कतल होया नशा तस्कर वालों कतल किया गया घटना स्थान पर जोड़े व्यक्ति मौजूद से वो साढ़े नाल ने की गल बनी है सर इन्हों तो पुछांगे भाई जी किस तरीके दे नाल ये घटना वापरी है। ये भाई जी साढ़े ना कमेटी बनाई गई सी परसों के करीब तो उदो इन्हों जे नशा बेचते से उन्होंने घर भी गए इन्हों पहले भी आख्या भी तुम संभल जो नहीं तो कानूनी कार्रवाई की जाऊगी। उन्हों का सारा परिवार ही जी अगों बहुत ज़्यादा बुरा भला बोलता सगा तो किसी की भी गल नहीं मानता सगा तो अज साडे पिंड की कमेटी ने बंदे फड़ ले जी जिहड़े इन्हां दे घरे नशा पी के आए वो मन भी गए इन्हां दे मूँह ते भी बंदे कराते भाई अज तुहाडे घरे बह के पी के आए आ ते दसो भाई उत्थे सारे पिंड नूं पंचायत नूं कमेटी नूं बहुत मंदा चंगा बोले जी वो उत्थे साडे विच हर भगवान भी मौजूद सीगा ते इन्हां ने जदों फड़ ले बंदे ते बंदे फड़ के ये जो रौला पिया कहिंदे अखे जे तुसीं पिंड वालिआं नूं कहिंदे वेखणा ही आ तां साडे अखे गली च आ जाओ। जो पिंड गली कनी नूं तुर लग्या भी तुसीं की सानूं विखाउणा चाहुंदे इन्हां ने जी गोलियां चलाउणियां शुरू कर दित्तियां। एक तो हर भगवान दे गोली लगी जिहड़े मुंडे जी मौत हो गई आ एक मुंडा होर सीगा जी उहदे जदों असीं उह घोपा सिंह नूं फड़दे सीगे घोपा सिंह ने सिद्धियां गोलियां साडे कनी भी चलाईआं जी। हाँ जी, ये पिंड दे गुरद्वारा कोले हर भगवान की मौत हुंदी है जी। तुहाडे वल वी गोलियां चलीआं? हाँ जी, साडे कनी भी चलाईआं जी उन्होंने। हाँ जी, सिल्वर रंग का पिस्तौल सीगा जी उन्हां कोले। अच्छा। हाँ जी, गोलियां उन्होंने काफ़ी चलाईआं जी। कह रहे उस तो बाद मोटरसाइकिल खो के भी भजे? मोटरसाइकिल खो के भजे जी, मगरले पासे उन्हें छाल मारी आपके मकान के उदू बाद किसी के घर के मोटरसाइकिल खो के पिस्तौल के दम ती मोटरसाइकिल लैके गया जी। अच्छा। हाँ जी। अच्छा, हमला करने वाले किन्ने जने सी? ये घट्टो घट जी 6-7 जने सी। अच्छा। हाँ जी, एक तो तारा सिंह सीगा जी, एक तो होर सी नाल उन्हां दे जिहड़े कोई यार दोस्त सी। यानी कि एक वड्डा ग्रोह सीगा पिंड दे विच नशा तस्करां दा जी। अज तकर अज कतल होण तो बाद कतल होने तकर ही ये बंदे नीवी नहीं पाई इन्होंने, ना ही इन्होंने किसी की आखी मनी। पंचायत मैंबर सरपंच सब कुछ जाता रहा, पता नहीं तो पैसे भरते पुलिस नूं कि करते सी। पुलिस तो साढ़े पिंड च वड़ी नहीं जी। अच्छा। हाँ जी, हुण एड्डी वड्डी वारदात हो गया की पुलिस दे कन्न तो हुण जूं सरकी है? हुण अज सरकी है जी, असीं यही मंग करांगे भी इन्हां नूं वध तों वध सज़ा दित्ती जाए जिन्हें भी जाने आ ते नहीं असीं पूरा प्रदर्शन करांगे जी। अच्छा। हाँ जी, उन्हां चिर असीं संस्कार नहीं करांगे मुंडे दा। अच्छा, उन्होंने संस्कार नहीं नहीं करा उन्होंने संस्कार नहीं करा गिरफ्तारी? हाँ जी, जिन्हें गिरफ्तारी नहीं होती। ये एजेंसियों का हाथ है, पुलिस कुछ भी नहीं कह रही चिट्टे वाले जेडे वेचते है उन्होंने कुछ भी नहीं आते पुलिस वाले। ये कितने उतलिया एजेंसियों का हाथ है गवर्नमेंट का, ता करके पुलिस नहीं कुछ आँदी। पेंड पेंड भी की जाता, कमेटियां बनिया कमेटियां तो अज ये वार्निंग होगी कल बई कौन धुरू आ अला करे जे पुलिस ने कोई कार्रवाई ना ना करी किसी ने तुरना नहीं गया इदू भी काम बढ़ जाना। ये सरकार के हाथ है, एवें चिट्टा नहीं बिकता। पुलिस नूं की पता नहीं? सब पता पुलिस नूं भी कित्थे की होई जांदा, होर दा किवें पता लगता? चिट्टे का पता नहीं लगता पुलिस नूं। ये तो हो सकता पुलिस नूं तो यह भी कार्रवाई होनी चाहिए जिहड़ियां बकाउंदी। क्यों बकाउंदियां क्यों ने सरकार? चिट्टा वेचण सरकार का की फायदा? भाई ये पंजाब नूं खत्म करना चाहते हैं, मेन मुद्दा यह है। इस करके भी जे धड़ा ताड़ देते उधर बाद चिट्टे ना खत्म करी जाते पंजाब नौजवान का वर्ग खत्म कर रहे हैं। यही कारण है सारा, एजेंसियों के हाथ है भाई। ये रुकू किवें फिर जे सरकार ही विकाई जाती है? लोग उठ के जिवें हुण आए लोग पिंड पिंड के लोग उठ के बाहर आउणगे घेरनगे थाने टप्पे फिर कोई हल निकल सकता नहीं, कोई हल नहीं। इस करके लोगों ने सरकार बदला लिया ही, पर वही सरकार यही कुछ इन्हों निकलिया जो पहलिया सरकार सी। की आम आदमी पार्टी सरकार नशा घटिया कि वध्या? वध्या जी, कोई घटिया नहीं गा। अच्छा। ये जेडे ललकारे मारते सेखों अर गए अज इन्हों हल्के वेखो की कुछ हो जे हिकां थापड़े अज इन हल्के वे लोग कतल हो गया चिट्टे वाले ने कर शरे आम बंदा मारे कोई लोग छिपके नहीं शरे आम पिंड के सस के बच्च मारे बंदा गोली चलाई है ये तो पिंड उठणगे फिर कोई हो सकता तो नहीं आज 24 पता लग जूगा इन्हों आप इलेक्शन आने वाले 24 फिर भांडे मांज देंगे इन्हों।
ਫਰੀਦਕੋਟ ਵਿੱਚ ਨਸ਼ਾ ਤਸਕਰਾਂ ਨੇ ਜਿਸ ਨੌਜਵਾਨ ਦਾ ਕਤਲ ਕੀਤਾ ਉਸ ਨੌਜਵਾਨ ਦੇ ਰਿਸ਼ਤੇਦਾਰ ਸਾਡੇ ਨਾਲ ਨੇ। ਬਾਈ ਜੀ ਕੀ ਨਾਂ ਸੀ ਮੁੰਡੇ ਦਾ, ਕਿੰਨੀ ਉਮਰ ਸੀ? ਮੁੰਡੇ ਦਾ ਨਾਂ ਹਰਭਗਵਾਨ ਸੀ। ਅੱਛਾ ਜੀ। ਅਤੇ ਉਮਰ ਉਹਦੀ ਹੋ ਗਈ 35 ਸਾਲ ਹੋ ਗਏ। ਅੱਛਾ, ਤੁਹਾਡੇ ਕੀ ਲੱਗਦੇ ਸੀ? ਮੇਰੇ ਚਾਚਾ ਜੀ ਦਾ ਮੁੰਡਾ ਸੀ। ਅਤੇ ਤੁਹਾਡੇ ਬ੍ਰਦਰ ਸੀਗੇ? ਹਾਂਜੀ, ਛੋਟਾ ਭਰਾ। ਅਤੇ ਪਿੰਡ ਦੇ ਵਿੱਚ ਨਸ਼ਾ ਵਿਰੋਧੀ ਕਮੇਟੀ ਬਣਾਈ ਸੀ, ਉਸ ਤੋਂ ਬਾਅਦ ਆਹ ਘਟਨਾ ਵਾਪਰੀ ਆ, ਤੁਹਾਡਾ ਬਹੁਤ ਵੱਡਾ ਘਾਟਾ ਪੈ ਗਿਆ ਤੁਹਾਡੇ ਪਰਿਵਾਰ ਨੂੰ? ਪੂਰਾ ਘਾਟਾ ਪੈ ਗਿਆ ਜੀ। ਛੋਟੇ ਛੋਟੇ ਬੱਚੇ ਆ ਜੀ ਦੋ, ਇੱਕ ਮੁੰਡਾ ਇੱਕ ਕੁੜੀ ਆ। ਮੰਨ ਲਓ ਉਹ ਬਿਜਲੀ ਦਾ ਕੰਮ ਕਰਦਾ ਸੀ, ਆਪਦਾ ਟਾਈਮ ਪਾਸ ਕਰ ਰਿਹਾ ਸੀ, ਅਤੇ ਕੱਲ੍ਹ ਹੀ ਮੁਹਿੰਮ ਸ਼ੁਰੂ ਹੋਈ ਆ ਅਤੇ ਅੱਜ ਇਹ ਕੰਮ ਹੋ ਗਿਆ ਜੀ, ਇਹਦਾ ਕਤਲ ਹੋ ਗਿਆ। ਕੱਲ੍ਹ ਹੀ ਮੁਹਿੰਮ ਸ਼ੁਰੂ ਹੋਈ ਅਤੇ ਅੱਜ ਪਿੰਡ 'ਚ ਕਤਲ ਹੋ ਗਿਆ? ਹਾਂਜੀ, ਪਰਸੋਂ ਕਮੇਟੀ ਬਣੀ ਆ, ਕੱਲ੍ਹ ਸ਼ੁਰੂ ਹੋਈ ਆ ਅਤੇ ਅੱਜ ਇਹ ਕੰਮ ਹੋ ਗਿਆ। ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਕੇ ਸ਼ਰੇਆਮ ਹੀ ਗੋਲੀਆਂ ਮਾਰ ਕੇ ਭੱਜ ਗਏ? ਹਾਂਜੀ ਹਾਂਜੀ, ਸ਼ਰੇਆਮ ਪੂਰੇ ਇਕੱਠ ਦੇ ਵਿੱਚ ਜੀ। ਕੀ ਇਹਨੂੰ ਆਮ ਆਦਮੀ ਪਾਰਟੀ ਸਰਕਾਰ ਦਾ ਫੇਲੀਅਰ ਮੰਨਦੇ ਹੋ? ਹਾਂਜੀ, ਬਿਲਕੁਲ ਫੇਲ ਆ ਜੀ। ਕੀ ਲੱਗਦਾ ਵੀ ਸਰਕਾਰ, ਆਪ ਸਰਕਾਰ ਭਗਵੰਤ ਮਾਨ ਕਹਿੰਦਾ ਸੀ ਬਦਲਾਅ ਲਿਆਵਾਂਗੇ, ਪਰ ਤੁਹਾਡਾ ਭਰਾ ਚਲਾ ਗਿਆ ਇਸ ਨਸ਼ੇ ਦੇ ਵਿਰੁੱਧ ਲੜਦਾ ਹੋਇਆ? ਬਿਲਕੁਲ ਬਦਲਾਅ ਨਹੀਂ ਜੀ, ਕੋਈ ਬਦਲਾਅ ਨਹੀਂ, 1% ਬਦਲਾਅ ਨਹੀਂ ਹੋਇਆ। ਪਰਿਵਾਰ ਦੀ ਤਾਂ ਕਾਫੀ ਮਾੜੀ ਹਾਲਤ ਹੋਣੀ? ਬਹੁਤ ਜ਼ਿਆਦਾ ਮਾੜੀ ਹਾਲਤ ਹੈ ਜੀ, ਬਹੁਤ ਜ਼ਿਆਦਾ ਮਾੜੀ ਹਾਲਤ ਹੈ ਜੀ। ਕੀ ਮੰਗ ਕੀ ਕਰਦੇ ਹੁਣ ਸਰਕਾਰ? ਮੰਗ ਤਾਂ ਇਨਸਾਫ ਦੀ ਕਰਦੇ ਹਾਂ ਜੀ, ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਨਸ਼ੇ ਦੇ ਕਿੱਦਾਂ ਦੇ ਹਾਲਾਤ ਸੀਗੇ? ਬਹੁਤ ਮਾੜੇ ਹਾਲਾਤ ਆ ਜੀ, ਖੰਡ ਲੈਣੀ ਔਖੀ ਹੈ, ਚਿੱਟਾ ਲੈਣਾ ਸੌਖਾ ਹੈ, ਇੰਨਾ ਕੁ ਜ਼ਿਆਦਾ ਪ੍ਰਭਾਵ ਪਿਆ ਹੋਇਆ। ਜੇ ਕੋਈ ਕਿਸੇ ਨੂੰ ਆਉਂਦਾ ਤਾਂ ਉਹ ਉਲਟਾ ਅੱਗੇ ਗਲ ਪੈਂਦਾ ਜੀ, ਆਉਂਦੇ ਵੀ ਅਸੀਂ ਤਾਂ ਆਈ ਵੇਚਾਂਗੇ। ਅੱਛਾ, ਤਾਂ ਹੀ ਤੁਸੀਂ ਅੱਕ ਕੇ ਕਮੇਟੀ ਬਣਾਈ ਸੀ? ਅੱਕ ਕੇ ਇਹ ਇਸੇ ਕਰਕੇ ਪਰਸੋਂ ਕਮੇਟੀ ਬਣੀ ਸੀ, ਕੱਲ੍ਹ ਕਮੇਟੀ ਵਾਲੇ ਘਰ ਘਰ ਕਹਿ ਕੇ ਆਏ ਆ, ਕਮੇਟੀ ਵਾਲਿਆਂ ਦੇ ਵੀ ਉਲਟਾ ਉਹ ਗਲ ਪਏ ਆ ਵੀ ਤੁਸੀਂ ਸਾਨੂੰ ਰੋਕਣ ਵਾਲੇ ਨਹੀਂ ਗੇ, ਨਾ ਅਸੀਂ ਰੋਕਣਾ, ਜਿਵੇਂ ਵਿਕਦਾ ਅਸੀਂ ਤਾਂ ਆਈ ਵੇਚਾਂਗੇ। ਅੱਛਾ, ਇੱਕ ਘਾਟਾ ਪੈ ਗਿਆ ਜੀ ਬਹੁਤ ਵੱਡਾ ਪਿੰਡ, ਗਰੀਬ ਪਰਿਵਾਰ ਸੀਗਾ ਜੋ ਕਿ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਜੀ, ਬਿਜਲੀ ਦਾ ਕੰਮ ਕਰਦਾ ਸੀਗਾ ਜੀ, ਹਰ ਵਕਤ ਉਹ ਜਦੋਂ ਉਹਨੂੰ ਕਿਸੇ ਨੇ ਰਾਤ ਨੂੰ ਆਵਾਜ਼ ਮਾਰਨੀ ਰਾਤ ਨੂੰ ਉੱਠ ਕੇ ਜਾ ਵੜਨਾ ਜੀ, ਉਹਦਾ ਪਿੱਛੇ ਉਹਦੇ ਬੱਚਿਆਂ ਨੂੰ ਪਾਲਣ ਪੋਸ਼ਣ ਵਾਲਾ ਰਹਿ ਕੋਈ ਨਹੀਂ ਗਿਆ, ਉਹਦਾ ਘਰ ਬਰਬਾਦ ਹੋ ਗਿਆ ਜੀ ਗਰੀਬ ਬੰਦੇ ਦਾ। ਤਾਂ ਆਪਾਂ ਹੋਰ ਵੀ ਗੱਲਬਾਤ ਕਰਾਂਗੇ, ਪੁਲਿਸ ਪ੍ਰਸ਼ਾਸਨ ਦਾ ਕਿੱਦਾਂ ਦਾ ਰੋਲ ਹੈ ਜੀ ਹੁਣ ਤੱਕ ਸਾਦਕ ਇਲਾਕੇ ਵਿੱਚ, ਫਰੀਦਕੋਟ ਜ਼ਿਲ੍ਹੇ ਵਿੱਚ ਕੀ ਲੱਗਦਾ ਕਿ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਪੁਲਿਸ ਸੀਰੀਅਸ ਆ? ਸੀਰੀਅਸ ਤਾਂ ਤੁਸੀਂ ਦੇਖ ਰਹੇ ਹੋ ਜੀ, ਲੋਕ ਜਿਹੜੇ ਹਜੇ ਵੀ ਥਾਣੇ ਦੇ ਬਾਹਰ ਅੱਗੇ ਖੜ੍ਹੇ ਉਹਨਾਂ ਦੇ ਮੂੰਹ ਨਹੀਂ ਦੇਖ ਰਹੇ ਆ ਕਿ ਕੀ ਕਾਰਵਾਈ ਕਰ ਰਹੇ ਆ। 3 ਵਜੇ ਦੀ ਘਟਨਾ ਵਾਪਰੀ ਆ, ਹਾਲੇ ਤੱਕ ਜਿਹੜੀ ਉਹ ਜੇ ਕਿਹਾ ਜਾਵੇ ਸਾਫ਼ ਤੌਰ 'ਤੇ ਗੋਂਗਲਾਂ ਤੋਂ ਮਿੱਟੀ ਝਾੜੀ ਜਾ ਰਹੀ ਆ, ਪਰ ਅਸੀਂ ਦੱਸਣਾ ਚਾਹੁੰਦੇ ਪ੍ਰਸ਼ਾਸਨ ਨੂੰ ਕਿ ਲੋਕ ਚੁੱਪ ਨਹੀਂ ਬੈਠਣਗੇ, ਤੁਹਾਡੀ ਮਿਲੀ ਭੁਗਤ ਹੋ ਸਕਦੀ ਆ ਉਹਨਾਂ ਦੇ ਨਾਲ, ਲੋਕਾਂ ਦੀ ਮਿਲੀ ਭੁਗਤ ਨਹੀਂ। ਲੋਕ ਨਸ਼ਾ ਬੰਦ ਕਰਵਾਉਣ ਵਾਸਤੇ ਜਿਹੜਾ ਜੱਦੋਜਹਿਦ ਕਰ ਰਹੇ ਆ ਅਤੇ ਕਰਦੇ ਰਹਿਣਗੇ, ਅਜਿਹੇ ਗੁੰਡਿਆਂ ਦੀ ਜਿਹੜਾ ਕੋਈ ਡਰ ਭੈ ਨਹੀਂ ਮੰਨਣਗੇ। ਇਸ ਬੰਦੇ ਬਾਰੇ ਜਿਹੜਾ ਨਸ਼ਾ ਵੇਚਦਾ ਸੀ ਤਾਰਾ ਸਿੰਘ, ਇਹਦੇ ਬਾਰੇ ਪਹਿਲਾਂ ਵੀ ਪੁਲਿਸ ਨੂੰ ਦੱਸਿਆ ਗਿਆ, ਇਹ ਨਹੀਂ ਕਿ ਇਕੱਲਾ ਸਾਦਕ ਪੁਲਿਸ ਨੂੰ ਪਤਾ ਸੀਗਾ, ਸਾਦਕ ਦੀ ਪੁਲਿਸ ਨੂੰ, CID ਜਿੰਨੀ ਵੀ ਆ ਸਾਰੀ ਨੂੰ ਪਤਾ ਸੀਗਾ, ਚੰਡੀਗੜ੍ਹ ਤੱਕ CID ਨੂੰ ਇਹਦੇ ਬਾਰੇ ਪਤਾ ਸੀ ਇਸ ਬੰਦੇ ਬਾਰੇ, ਪਰ ਇਹਦੇ 'ਤੇ ਜਿਹੜੀ ਕਾਰਵਾਈ ਹਜੇ ਤੱਕ ਨਹੀਂ ਕੀਤੀ। ਆਹ ਦੇਖੋ, ਬਿਲਕੁਲ ਜੀ, ਜਿਹੜਾ ਦੂਸਰਾ ਬੰਦਾ ਗੋਲੀ ਚਲਾਉਣ ਵਾਲਾ ਨਾਲ ਸੀ ਤਾਰਾ ਸਿੰਘ ਦੇ, ਉਹਦੇ ਉੱਤੇ ਪਹਿਲਾਂ ਵੀ ਜਿਹੜਾ ਨਜਾਇਜ਼ ਅਸਲੇ ਦਾ ਪਰਚਾ, ਹੁਣ ਵੀ ਜਿਹੜਾ ਉਹਨਾਂ ਨੇ ਅਸਲਿਆਂ ਦੇ ਨਾਲ ਜਿਹੜੀਆਂ ਸ਼ਰੇਆਮ ਗੋਲੀਆਂ ਮਾਰੀਆਂ, ਜਬਾਨਤ 'ਤੇ ਸ਼ਾਇਦ ਉਹ ਆਇਆ ਹੋਇਆ ਦੋਸ਼ੀ, ਠੀਕ ਆ, ਉੱਪਰੋਂ ਕਤਲ ਕਰ ਗਿਆ, ਇਹਨਾਂ ਨੂੰ ਤਾਂ ਕਤਲ ਕਰਕੇ ਹੀ ਗਿਆ, ਫਿਰ ਹੋਰ ਗਾਂਹ ਜਾਂਦੇ ਹੋਏ ਇੱਕਦਮ ਮੋਟਰਸਾਈਕਲ ਖੋਹ ਕੇ ਲਗਾਏ ਆ, ਉੱਤੇ ਵੀ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਆ, ਧੱਕੇ ਨਾਲ ਮੋਟਰਸਾਈਕਲ ਖੋਹ ਕੇ ਲੈ ਗਏ ਕਿਸੇ ਦਾ, ਠੀਕ ਆ। ਅਤੇ ਇਹ ਜਿਹੜਾ ਸਾਰਾ ਵਰਤਾਰਾ ਵਾਪਰ ਰਿਹਾ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਕੋਈ ਨਾ ਤਾਂ ਸਰਕਾਰ ਤੋਂ ਗੁੱਝਾ ਨਾ ਪੁਲਿਸ ਤੋਂ, ਇਹ ਸਾਰਿਆਂ ਦੀ ਮਿਲੀ ਭੁਗਤ ਨਾਲ ਕੁਛ ਹੋ ਰਿਹਾ। ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਹੁਣ ਘਰਾਂ 'ਚੋਂ ਬਾਹਰ ਆਉਣ ਦਾ ਸਮਾਂ, ਨਾ ਕਿ ਚੁੱਪ ਕਰਕੇ ਬੈਠਣ ਦਾ ਸਮਾਂ। ਜਿਵੇਂ ਪਿੰਡ 'ਚ ਕਮੇਟੀ ਬਣੀ ਸੀ ਜੀ, ਸ਼ਰੇਆਮ 2 ਦਿਨਾਂ ਬਾਅਦ ਗੋਲੀਆਂ ਚੱਲਦੀਆਂ ਨੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨੌਜਵਾਨ ਦਾ ਕਤਲ ਹੋ ਗਿਆ, ਮੁੰਡਾ ਮਰ ਚੁੱਕਿਆ, ਉਸ ਤੋਂ ਬਾਅਦ ਉਹ ਭੱਜਦੇ ਨੇ, ਤਾਂ ਫਿਰ ਕੀ ਹੁਣ ਲੋਕ ਇਕੱਠੇ ਹੋ ਰਹੇ ਨੇ, ਲੋਕਾਂ ਵਿੱਚ ਡਰ ਦਾ ਮਾਹੌਲ ਵੀ ਬਣਦਾ ਹੀ ਹੈ? ਦੇਖੋ ਜੀ, ਜਦੋਂ ਗੁੰਡਿਆਂ ਨੂੰ ਪੁਲਿਸ ਵੱਲੋਂ ਨੱਥ ਨਾ ਪਾਈ ਜਾਵੇ, ਸਰਕਾਰ ਤੋਂ ਕੋਈ ਰੋਕ ਨਾ ਲਾਈ ਜਾਵੇ, ਅਤੇ ਆਮ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਦਹਿਸ਼ਤ ਅਤੇ ਡਰ ਦਾ ਮਾਹੌਲ ਤਾਂ ਜ਼ਰੂਰ ਬਣਦਾ। ਇਹ ਜਿਹੜੀਆਂ ਹਰਕਤਾਂ ਇਹ ਕੀਤੀਆਂ, ਜਿਹੜਾ ਨੌਜਵਾਨ ਦਾ ਕਤਲ ਕੀਤਾ, ਇਹ ਵੀ ਇੱਕ ਦਹਿਸ਼ਤ ਪਾਉਣ ਵਾਸਤੇ ਲੋਕਾਂ 'ਤੇ ਵੀ ਲੋਕ ਸਾਡੇ ਖਿਲਾਫ਼ ਨਾ ਬੋਲਣ, ਸਾਡਾ ਜਿਹੜਾ ਨਸ਼ਾ ਉਹ ਇਸੇ ਤਰ੍ਹਾਂ ਵਿਕਦਾ ਰਹੇ, ਅਸੀਂ ਲੋਕਾਂ ਦੇ ਧੀਆਂ ਪੁੱਤ ਜਿਹੜੇ ਜ਼ਹਿਰ ਦੇ ਕੇ ਇਸੇ ਤਰ੍ਹਾਂ ਮਾਰਦੇ ਰਹੀਏ। ਇਹ ਲਗਾਤਾਰ ਜਿਹੜਾ ਨਸ਼ਿਆਂ ਦੇ ਨਾਲ ਪੰਜਾਬ ਦੀ ਜਵਾਨੀ ਨੂੰ ਉਹ ਬਰਬਾਦ ਕੀਤਾ ਜਾ ਰਿਹਾ। ਪਿੰਡ ਦੇ ਲੋਕਾਂ ਨੇ ਜਦੋਂ ਕਾਨੂੰਨ ਆਪਣੇ ਹੱਥ ਵਿੱਚ ਲਿਆ, ਨਸ਼ਾ ਵਿਰੋਧੀ ਕਮੇਟੀ ਬਣਾਈ ਕਿ ਪਿੰਡ ਦਾ ਇੰਨਾ ਬੁਰਾ ਹਾਲ ਹੋ ਗਿਆ, ਛੋਟੇ ਛੋਟੇ ਬੱਚੇ ਵੀ ਨਸ਼ਾ ਵੇਚਣ ਲੱਗ ਗਏ ਨੇ, ਨਸ਼ਾ ਪੀਣ ਲੱਗ ਗਏ ਨੇ,
तो उन्होंने बदले के जोड़ा आ सिला मिलया कि पुलिस प्रशासन उन्होंने कोई गल नहीं सुनी तो उन्होंने पिंड ने एक नौजवान मुंडा गवा लिया। तो हूँ लोग बजिद ने कि जिन्ना चिर तक दोषियों की गिरफ्तारी नहीं होंगी उन्ना चिर तक हरभगवान सिंह जी की अज मौत हो चुकी है गोलियां ला के संस्कार नहीं किया जाएगा। अगली अपडेट भी तुहाडे नाल सांझी करदे रहांगे, देखदे रहो दुनिया।